ਬਾਦਲ ਨੇ ਗੋਲਡਨ ਟੈਂਪਲ ਪਲਾਜ਼ੇ ਦਾ ਦੌਰਾ ਕੀਤਾ। ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੋਰ 3-4 ਸਾਲਾਂ ਵਿੱਚ 2-3 ਹਜ਼ਾਰ ਕਰੋੜ ਰੁਪਏ ਲਗਾ ਕੇ ਇਸ ਸ਼ਹਿਰ ਦੀ ਵਾਲ ਸਿਟੀ ਨੂੰ ਇੱਕ ਵਧੀਆ ਟੂਰਿਸਟ ਡੈਸਟੀਨੇਸ਼ਨ ਬਣਾ ਦਿੱਤਾ ਜਾਵੇਗਾ। ਪਲਾਜ਼ਾ 5-7 ਦਿਨਾਂ 'ਚ ਅਸੀਂ ਟੈਕਨੀਕਲੀ ਸਾਰਾ ਸਿਸਟਮ ਸੈੱਟ ਕਰ ਰਹੇ ਹਾਂ। ਜੋ ਟੈਕਨੀਕਲ ਸੈੱਟ ਹੋ ਗਿਆ ਤਾਂ ਫਿਰ 5-4 ਦਿਨਾਂ 'ਚ ਜਿੰਨਾ ਨਾ ਜਿਵੇਂ ਆਪਾਂ ਆਹ ਕੀਤਾ ਡਿਵੈਲਪਮੈਂਟ ਆਹੀ ਚੀਜ਼ ਰੈਪਲੀਏਟ ਪੂਰੇ ਵਾਲ ਸਿਟੀ 'ਚ ਕਰਾਂਗੇ। ਸਾਰੇ ਅਗਲੇ 4 ਸਾਲਾਂ ਦੇ ਅੰਦਰ 2-3 ਹਜ਼ਾਰ ਕਰੋੜ ਲਾ ਕੇ ਸਾਰੀ ਵਾਲ ਸਿਟੀ ਅਜੇ ਬਣਾ ਦਾਂਗੇ। ਕਲੀਨ ਫਸਾਡ ਕੰਟਰੋਲ, ਫਸਾਡ ਚੇਂਜ, ਅਤੇ ਜਿਵੇਂ ਬਿਗੇਸਟ ਡੈਸਟੀਨੇਸ਼ਨ ਟੂਰਿਸਟ ਡੈਸਟੀਨੇਸ਼ਨ ਬਣਾ ਦੇਣਾ ਮੈਂ। ਪਲਾਜ਼ੇ ਦੇ ਦੌਰੇ ਤੋਂ ਬਾਅਦ ਗੱਲਬਾਤ ਕਰਨ ਸਮੇਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 5-7 ਦਿਨ ਵਿੱਚ ਪਲਾਜ਼ੇ ਦੀ ਬੇਸਮੈਂਟ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ। ਕਾਂਗਰਸ ਦੇ ਬਾਰੇ ਉਨ੍ਹਾਂ ਨੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 10-15 ਸਾਲ ਇਨ੍ਹਾਂ ਨੇ ਵਿਰੋਧੀ ਹੀ ਰਹਿਣਾ ਹੈ, ਇਨ੍ਹਾਂ ਨੇ ਗੱਲਾਂ ਹੀ ਕਰਦੇ ਰਹਿਣਾ ਹੈ ਤੇ ਇਨ੍ਹਾਂ ਨੂੰ ਗੱਲਾਂ ਕਰਦੇ ਹੀ ਰਹਿਣ ਦਿਓ। ਉਹਨਾਂ ਨੇ ਰਹਿਣਾ ਹੀ ਆਪੋਜੀਸ਼ਨ 'ਚ, ਸੋ ਰਹਿਣਗੇ ਅਗਲੇ 10-20 ਸਾਲ ਆਪੋਜੀਸ਼ਨ 'ਚ ਰਹਿਣਾ ਹੈ। ਕਰ ਲੈਣ ਚਾਹ ਪੂਰਾ ਕਰ।